लोगों का कहना है कि जिमें अमृतपाल सिंह अंडरग्राउंड होए ने या फरार होए ने या फरारी ते ने, इस तरह ही संत भिंडरांवाले भी दो वार पुलिस तो एस्केप किए थे, पुलिस तो फरार होए थे, पुलिस तो निकले थे जो रेड पई सी। ये सब चीज़ा जोड़िया जा रही हैं उस वक्त जो एक सैल्फी सामने आई है जिदे विच वो एक जूस पीते दिख रहे हैं या कोई ड्रिंक पीते हुए दिख रहे हैं, कोई जूस है या कोई भी किसी भी तरह का बैवरेज है जो पी रहे हैं, तुसी फोटो देख रहे होंगे। हुण सवाल यह उठता है कि वाकई ही संत भिंडरांवाले भी इस तरह एस्केप किए या एस्केप किए, चाहे इस तरह नहीं किए लेकिन एस्केप किए पुलिस वालों। ये सारिया चीज़ा इतिहास के गर्भ के दफन ने, इतिहास के पन्नों फरोलिया जाए तो उन्होंने बहुत कुछ निकल के आऊगा। सानू शायद इतिहास के पन्ने फरोलन नालों बहुत ऐसे जर्नलिस्ट ने जेडे अज भी उन्होंने चीज़ों बखान कर सकते हैं, क्योंकि उस वक्त उन्होंने ये सारिया चीज़ा हंडाइया ने देखा है, कवर भी किया है। इस तरह के एक वैटरन जर्नलिस्ट ने जगतार सिंह जी, उन्होंने ये सारिया चीज़ा कवर कीतिया उस वक्त, शायद वो उत्थे पंजाब दे विच तां मौजूद हैगे सी, शायद इन्हां चीज़ों के भी उन्हां दी शमूलियत सी, उन्होंने देखा है कि कुछ हो रहा है, क्योंकि वो कवर करते होंगे सी इंडियन एक्सप्रैस के एक वैटरन जर्नलिस्ट ने। आओ उन्हां तो सुनीए कि उन्हां दा इस बारे की कहना है। उन्होंने भी इस चीज़ का बखान किया एक एपीसोड दे विच, एक चैनल दे उत्ते। आओ सुनिए उन्होंने की कहा। ਸਰ ਜਰਨੈਲ ਸਿੰਘ ਦੋ ਵਾਰੀ ਐਸਕੇਪ ਕੀਤੇ ਸੀ ਪੁਲਿਸ ਦੀ ਰੇਡ ਤੋਂ। ਮੈਂ ਜਿਹੜੀ ਇਹਨੂੰ ਸੈਲਫੀਆਂ ਆ ਰਹੀਆਂ ਨੇ, ਮੈਂ ਉਸ ਕੰਟੈਕਸਟ ਦੇ ਵਿੱਚ ਗੱਲ ਕਰਨ ਲੱਗੀ। ਉਹ ਅੰਡਰਗਰਾਊਂਡ ਨਹੀਂ ਸੀ ਹੋਏ, ਇੱਕ ਫਰਕ ਹੈ ਜਿਹੜਾ ਕਿਹਾ ਜਾ ਰਿਹਾ ਨਾ ਵੀ ਹੁਣ ਐਗਜ਼ਾਮਪਲ ਦਿੱਤੀ ਜਾ ਰਹੀ ਹੈ। ਸਰ ਜਰਨੈਲ ਸਿੰਘ ਵੀ ਤਾਂ ਐਸਕੇਪ ਕੀਤੇ ਸੀ ਦੋ ਵਾਰੀ, ਇੱਕ ਵਾਰੀ ਬਾਂਬੇ ਤੋਂ, ਇੱਕ ਵਾਰੀ ਧੁੱਪੋ ਪਰਾਂ ਤੋਂ। ਉਹ ਐਸਕੇਪ ਨਹੀਂ ਸੀ ਕੀਤੇ, ਉਹ ਪੁਲਿਸ ਨੂੰ ਚਕਮਾ ਦੇ ਕੇ ਸਿੱਧੇ ਆਪਣੇ ਘਰ ਆਏ ਸੀ। ਉਹਨਾਂ ਦਾ ਘਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਉੱਥੇ ਸੀ। ਉਹ ਅੰਡਰਗਰਾਊਂਡ ਨਹੀਂ ਸੀ ਹੋਏ, ਅੰਮ੍ਰਿਤਪਾਲ ਅੰਡਰਗਰਾਊਂਡ ਹੋਇਆ, ਇਹ ਗੱਲ ਦਾ ਫਰਕ ਹੈ। ਜਿਹੜੇ ਲੋਕ ਇਹ ਕਹਿੰਦੇ ਹੈ ਕਿ ਸਰ ਜਰਨੈਲ ਸਿੰਘ ਵੀ ਇਸ ਤਰ੍ਹਾਂ ਭੱਜ ਕੇ ਆਏ ਸੀਗੇ, ਨਹੀਂ, ਫਰਕ ਹੈ। ਉਹ ਆਪਣੇ ਘਰ ਆਏ ਸੀ ਅਤੇ ਆਪਣੀ ਸ਼ਰਤਾਂ 'ਤੇ ਦੂਜੀ ਵਾਰੀ ਉਹਨਾਂ ਨੇ ਆਪਣੇ ਅਰੈਸਟ ਕੀਤੀ ਸੀ। ਤੁਸੀਂ ਸੁਣ ਲਿਆ ਜਗਤਾਰ ਸਿੰਘ ਜੀ ਨੇ ਕੀ ਕਿਹਾ, ਇਸ ਬਾਰੇ ਗੱਲ ਕਰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਉਹਨਾਂ ਨੇ ਐਸਕੇਪ ਕੀਤਾ ਸੀ, ਅਤੇ ਅੰਮ੍ਰਿਤਪਾਲ ਸਿੰਘ ਦਾ ਐਸਕੇਪ ਇੱਕੋ ਵਰਗਾ ਹੈ ਜਾਂ ਮਾਡਰਨ ਟਾਈਮ ਦੇ ਹਿਸਾਬ ਨਾਲ ਉਹ ਠੀਕ ਹੈ, ਤੁਹਾਡਾ ਕੀ ਕਹਿਣਾ ਹੈ? ਜਾਂ ਉਹਨਾਂ ਨੂੰ ਐਸਕੇਪ ਨਹੀਂ ਕਰਨਾ ਚਾਹੀਦਾ ਸੀਗਾ ਅਤੇ ਆਪਦੀ ਗ੍ਰਿਫਤਾਰੀ ਦੇਣੀ ਚਾਹੀਦੀ ਸੀਗੀ? ਕਮੈਂਟ ਕਰਕੇ ਜ਼ਰੂਰ ਦੱਸਿਆ ਸੀ ਇਸ ਬਾਰੇ। ਹੁਣ ਤੁਹਾਨੂੰ ਸੁਣਾਉਂਦੇ ਹਾਂ ਕਿ ਅੱਜ ਗਿਆਨੀ ਮੋਹਰਾਂ ਵਾਲਿਆਂ ਨੇ, ਬਾਬਾ ਜੀ ਨੇ ਕੀ ਕਿਹਾ ਹੈ। ਇੱਕ ਮੀਟਿੰਗ ਹੋਈ ਸੀ ਜਿਹੜੀ ਅਕਾਲ ਤਖ਼ਤ, ਉਸ ਤੋਂ ਬਾਅਦ ਉਹਨਾਂ ਦਾ ਕੀ ਕਿਹਾ ਹੈ, ਉਹਨਾਂ ਨੇ ਕੀ ਕਿਹਾ, ਅੱਜ ਤੁਹਾਨੂੰ ਉਹ ਸੁਣਾਉਂਦੇ ਹਾਂ। ਮੁੰਗਾ ਸਾਹਿਬ ਬਹੁਤ ਚੜ੍ਹਦੀ ਕਲਾ ਦੇ ਫੈਸਲੇ ਹੋਏ ਆ, ਔਰ ਇੰਨੀ ਚੜ੍ਹਦੀ ਕਲਾ 'ਚ ਮੀਟਿੰਗ ਹੋਈ ਨਾ, ਜੋ ਮਰਜ਼ੀ ਕੋਈ ਦੂਜਾ ਤੀਜਾ ਆਖੀ ਜਾਵੇ ਅਸੀਂ ਚਸ਼ਮ ਦੀ ਦੇ ਹਾਂ। ਔਰ ਸਿੰਘ ਸਾਹਿਬ ਨੇ ਬੜੇ ਚੜ੍ਹਦੀ ਕਲਾ ਦੇ ਫੈਸਲੇ ਲਏ ਆ ਨਿਸ਼ਾਨਾਂ ਬਾਰੇ। ਜਿਹੜੇ ਨਿਸ਼ਾਨ ਉਹ ਕਹਿ ਰਹੇ ਸੀ ਵੀ ਇਹ ਨਿਸ਼ਾਨ ਜੀ ਵੀ ਖਾਲਿਸਤਾਨ ਦਾ ਜਾਂ ਜੀ ਇਹ ਨਿਸ਼ਾਨ ਉਹ ਖਾਲਸਾ ਰਾਜ ਦਾ ਹੈ, ਅਤੇ ਜਿਹੜੀ ਖਾਲਸ ਚੀਜ਼ ਆ ਪਿਓਰਟੀ ਉਹਦੇ 'ਤੇ ਤਾਂ ਮਾਣ ਹੋਣਾ ਚਾਹੀਦਾ। ਅਤੇ ਦੂਜਾ ਜਿਹੜੇ ਰਿਆਸਤਾਂ ਦੇ ਸਾਡੇ ਨਿਸ਼ਾਨ, ਹਾਂਜੀ, ਉਹ ਰਿਆਸਤਾਂ ਦੇ ਨਿਸ਼ਾਨ ਉਹ ਸਾਡੇ ਰਾਜ ਭਾਗ ਦੀਆਂ ਨਿਸ਼ਾਨੀਆਂ। ਇਹਨਾਂ ਨੇ ਕਿੰਨਾ ਝੂਠ ਬੋਲਿਆ, ਇੱਥੋਂ ਸੋਚੋ ਵੀ ਇਹ ਕਿੱਥੇ ਕਿੱਥੇ ਕਿੰਨੇ ਵੱਡੇ ਵੱਡੇ ਝੂਠ ਬੋਲੇ ਹੋਣਗੇ। ਔਰ ਨੈਸ਼ਨਲ ਮੀਡੀਆ ਉਹਨਾਂ ਦੇ ਉੱਤੇ ਕੇਸ ਕੀਤੇ ਜਾਣੇ ਆ, ਹੁਣ ਉਹ ਇਕੱਲੇ ਇਕੱਲੇ ਚੈਨਲ ਦੇ ਨਾਲ ਨਜਿੱਠਿਆ ਜਾਣਾ ਜਿਹਨੇ ਸਿੱਖਾਂ ਦੀ ਛਵੀ ਇੰਨੇ ਗੰਦੇ ਢੰਗ ਦੇ ਨਾਲ ਫੈਲਾਈ। ਉਹਨਾਂ ਚਲੋ ਜੇ ਉਹ ਨੌਜਵਾਨਾਂ ਨੇ ਕੀ ਏਦਾਂ ਹਨੇਰਾ ਗਿਆ, ਕੀ ਉਹਨੇ ਗਲਤ ਕਰਤਾ ਸੀ ਐਸਾ? ਜੇ ਕੀਤਾ ਕਾਨੂੰਨ ਦੇ ਆਪਣੇ ਵੀ, ਅਤੇ ਜਿਹੜੀ ਇੱਥੇ ਦੀ ਸਰਕਾਰ ਵੀ ਆ, ਚੁੱਕੇ NSA ਲਾਉਣ ਲੱਗ ਗਏ ਤੁਸੀਂ, ਉਹ ਪੁਰਾਣੇ ਦਿਨ ਚੇਤੇ ਕਰਾਉਣ ਲੱਗ ਗਏ, ਐਵੇਂ ਬਿਨਾਂ ਮਤਲਬ ਪਾਉਣ ਲੱਗ ਗਏ ਆ, ਇਹ ਸਰਕਾਰ ਵੀ ਅਤੇ ਉੱਥੇ ਵਾਲੀ ਵੀ, ਸੈਂਟਰ ਵਾਲੀ ਵੀ, ਚੱਕ ਕੇ ਪੇਜ ਬੰਦ ਕਰਤੇ ਚੰਗੇ ਭਲੇ ਬੰਦੇ ਜਿਹੜੇ ਸਾਡੇ ਵਧੀਆ ਬੁਲਾਰੇ ਨੇ ਜਾਂ ਕੋਈ ਵਧੀਆ ਸੋਚ ਰੱਖਣ ਵਾਲੇ, ਸਾਡਾ ਵੀ ਬੰਦ ਕੀਤਾ, ਪਰ ਕੋਈ ਗੱਲ ਨਹੀਂ, ਪਰਵਾਹ ਨਹੀਂ। ਪੰਥ ਲਈ ਜਿਹੜੇ ਨਾ ਕਲਗੀਆਂ ਵਾਲੇ ਸਤਿਗੁਰਾਂ ਨੇ ਮਿਹਰਾਂ ਕੀਤੀਆਂ, ਇੰਝ ਲੱਗਦਾ ਵੀ ਬਹੁਤ ਚੜ੍ਹਦੀ ਕਲਾ ਦਾ ਫੈਸਲਾ ਹੋਇਆ, ਅਤੇ ਚੜ੍ਹਦੀ ਕਲਾ ਦੀਆਂ ਨਿਊਜ਼ਾਂ ਹੁਣ ਚੱਲਣਗੀਆਂ। ਜਿੰਨਾ 10 ਦਿਨ ਭੰਡਿਆ ਨਾ, ਹੁਣ ਉਨੀ ਚੜ੍ਹਦੀ ਕਲਾ ਦੀਆਂ ਸਾਡੀਆਂ ਆਉਣਗੀਆਂ। ਸਰਕਾਰਾਂ ਨੂੰ ਬਹੁਤ ਸਖ਼ਤ ਆ, ਸਾਰਾ ਪੰਥ ਇੱਕ ਜੁੱਟਿਆ,
ਇਹ ਇਕੱਲੇ ਨਾ ਸਮਝਣ ਵੀ ਜਾਂ ਸ਼੍ਰੋਮਣੀ ਕਮੇਟੀ ਇਕੱਲੀ ਜਾਂ ਜਥੇਦਾਰ ਸਾਹਿਬ ਇਕੱਲੇ ਨੇ ਜਾਂ ਦਲ ਪੰਥ ਸਾਰੇ ਹੀ ਇਕਜੁੱਟ ਨੇ ਔਰ ਸਾਰਿਆਂ ਜਕਾਰੇ ਗੂੰਜਦੇ ਸੀ ਜਦੋਂ ਸਿੰਘ ਸਾਹਿਬ ਇੱਕ ਇੱਕ ਗੱਲ ਕਰਦੇ ਸੀ ਨਿਸ਼ਾਨ ਸਾਹਿਬ ਉਹ ਝੂਲਣਗੇ 29 ਨੂੰ ਉਹ ਨਿਸ਼ਾਨ ਸਾਹਿਬ ਹਰ ਸਿੱਖ ਦੇ ਘਰ ਦੇ ਉੱਤੇ ਲੱਗਣੇ ਚਾਹੀਦੇ ਕਰਕ ਜਾਵੇ ਨਿਹਾਲੋ ਜਾਵੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਲਾਗ ਤੇ ਦੀਵਾਨ ਰਹੇ ਗਾਭ ਤੇ ਸੁਜਾਨ ਰਹੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਔਰ ਸਾਡਾ ਕਿਸੇ ਨਾਲ ਕੋਈ ਬੈਰ ਨਹੀਂ ਸਾਡਾ ਹਿੰਦੂ ਮੁਸਲਮਾਨ ਇੱਦਾਂ ਬੈਰ ਨਹੀਂ ਸਾਰੇ ਹੀ ਸਾਡੇ ਨੇ ਕੋਈ ਗੈਰ ਨਹੀਂ ਕਿਸੇ ਦੇ ਨਾਲ ਤੇ ਸਾਡੀ ਲੱਗਦੀ ਨਹੀਂ ਬਹੁਤ ਔਖੇ ਆ ਸਰਕਾਰਾਂ ਤੋਂ ਤੇ ਦੂਜੀ ਗੱਲ ਨਾ ਤੀਰਾਂ ਨਾ ਤਲਵਾਰਾਂ ਤੋਂ ਪੰਥ ਡਰੇ ਗਦਾਰਾਂ ਤੋਂ ਆਪਣੇ ਗਦਾਰ ਬਣਦੇ ਅੱਜ ਹੁਣ ਮਸਲਾ ਇਹ ਨਹੀਂ ਰਹਿ ਗਿਆ ਵੀ ਜਾਂ ਇਕੱਲੇ ਅੰਮ੍ਰਿਤਪਾਲ ਸਿੰਘ ਦਾ ਰਹਿ ਗਿਆ ਅੱਜ ਪੰਥ ਦਾ ਮਸਲਾ ਬਣ ਗਿਆ ਮੰਗਾ ਸਾਹਿਬ ਅੱਜ ਪੰਥ ਬਨਾਮ ਸੈਂਟਰ ਜਾਂ ਪੰਥ ਵਿਰੋਧੀ ਹੁਣ ਪੰਥ ਇੱਕ ਜੁੱਟਿਆ ਇਹ ਜਕਾਰੇ ਗਜਾਓ ਬਾਕੀ ਨੌਜਵਾਨਾਂ ਨੂੰ ਬੇਨਤੀ ਵੀ ਬਹੁਤ ਜਾਬਤੇ 'ਚ ਰਹੋ ਤੁਹਾਡੇ ਬਜ਼ੁਰਗ ਆ ਇੰਨੇ ਤੱਤੇ ਵੀ ਨਾ ਚੱਲੀਏ ਵੀ ਆਪਾਂ ਵੀ ਹੁਣੇ ਹੀ ਆਹ ਨਹੀਂ ਜੀ ਐਂ ਕਰੋ ਐਂ ਕਰੋ ਮਹਾਰਾਜ ਮਿਹਰ ਕਰਨਗੇ ਪੰਥ ਦੀਆਂ ਚੜ੍ਹਦੀਆਂ ਕਲਾ ਹੋਣਗੀਆਂ ਬਸ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਜੀ ਹਾਂ ਹੋਸ਼ ਜੋਸ਼ ਜੋਸ਼ ਹੋਸ਼ ਦੋਨੇ ਰੱਖਣੇ ਵਾਹਿਗੁਰੂ ਜੀ ਕਾ ਖਾਲਸਾ।